ਦੋਸਤੋ, ਕੱਲ ਦੀ ਘਟਨਾ ਤੋਂ ਬਾਅਦ ਜਦੋਂ ਕਿਸਾਨ ਆਗੂ ਕਿਸਾਨ ਲੀਡਰ ਬਾਰਡਰ ਵੱਲ ਵਧਣ ਲੱਗੇ ਤਾਂ ਉਸ ਮੌਕੇ ਲੀਡਰਾਂ ਦੇ ਉੱਪਰ ਵੀ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਸਿੱਟੇ ਗਏ ਤੇ ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਕਾਫੀ ਜ਼ਿਆਦਾ ਉਹਨਾਂ ਦੀ ਸਿਹਤ ਵਿਗੜ ਗਈ ਤੇ ਉਹ ਹਸਪਤਾਲ ਨੇ ਤੇ ਹੋਰ ਮਰੀਜ਼ਾਂ ਦਾ ਕੀ ਹਾਲ ਹੈ ਕੱਲ ਦੀ ਘਟਨਾ ਤੋਂ ਬਾਅਦ ਆਓ ਦੇਖੋ ਇਸ ਵੀਡੀਓ ਦੇ ਵਿੱਚ। ਵੀਡੀਓ ਨੂੰ ਲਾਈਕ ਕਰਕੇ ਜ਼ਿਆਦਾ ਜ਼ਿਆਦਾ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਪਤਾ ਲੱਗ ਸਕੇ ਇਸ ਤਸ਼ੱਦਦ ਦੀ ਕਹਾਣੀ ਦਾ ਪੂਰੀ ਦੁਨੀਆ ਨੂੰ। ਇਹ ਸਹਿਮਜੀਤ ਪੁੱਤ ਪਿੰਡ ਕਿਹੜਾ ਤੇਰਾ? ਜੈਕਰ ਜੈਕਰ ਹਲਕਾ ਸਤਰਾਣਾ ਸਤਰਾਣਾ ਇਹ ਸਤਰਾਣੇ ਪਿੰਡ ਦੇ ਲਾਗੇ ਜੈਖਲ ਪਿੰਡ ਜੈਖਲ ਪਿੰਡ ਤੋਂ ਆ ਸਹਿਮਜੀਤ। ਇਹਦੇ ਵੀ ਜਿਹੜੇ ਨੇ 12 ਗੋਰ ਦੀ ਜਿਹੜੀਆਂ ਗੋਲੀਆਂ ਨੇ ਉਹਦੇ ਇਹਦੇ ਛਕੇ ਲੱਗੇ ਨੇ। ਕਿੱਥੇ ਵੱਜੇ? ਕਿੱਥੇ ਵੱਜੇ ਮੜੇ? ਮੱਕੀ 'ਚ ਵੱਜੇ ਨੇ ਜੀ। ਆਹ ਵੇਖੋ ਆਹ ਸਰੀਰ ਜਿਹੜਾ ਛੜਨੀ ਛੜਨੀ ਹੋਇਆ ਪਿਆ, ਆਹ ਸਾਰੇ 12 ਬੋਰ ਦੇ ਸ਼ਰੇ। ਚਲੋ ਚਲੋ ਫਿਰ ਠੀਕ ਹੈ। ਹੋਰ ਕਿਹੜਾ ਸਾਹਮਣੇ? ਤੇਰਾ ਪੁੱਤ ਕੀ ਨਾਂ ਹੈ? ਜਗਬੀਰ। ਹੈ ਜਗਬੀਰ? ਜਗਬੀਰ ਜਗਬੀਰ। ਤੇਰਾ ਪੁੱਤ ਕਿਹੜਾ ਜ਼ਿਲ੍ਹਾ ਹੈ? ਹਿਸਾਰ। ਹਿਸਾਰ ਜ਼ਿਲ੍ਹੇ ਤੋਂ ਜਗਬੀਰ ਹੈ। ਇਹਦੇ ਵੀ 12 ਬੋਰ ਦੇ ਸ਼ਰੇ, ਆਹ ਉੱਤੇ ਵੀ ਅੱਖ ਦੇ ਵਿੱਚ ਵੀ ਅੰਦਰ ਹੈ ਅੱਖ ਦੇ ਜਿਹੜਾ ਉਹ ਛਰਾ ਜਿਹੜਾ ਇਹ 12 ਬੋਰ ਦਾ ਛਰਾ ਲੱਗਾ। ਇਹ ਹਰਿਆਣਾ ਪੁਲਿਸ ਦੇ ਗੁੰਡਿਆਂ ਵੱਲੋਂ ਗੁੰਡਾਗਰਦੀ ਕਰਕੇ ਤੇ ਇਹ 12 ਬੋਰ ਦੀਆਂ ਜਿਹੜੀਆਂ ਗੋਲੀਆਂ ਨੇ ਇਹਨਾਂ ਤੇ ਚਲਾਈਆਂ ਗਈਆਂ। ਹਰਿਆਣੇ ਦਾ ਹੀ ਨਾਗਰਿਕ ਹੈ ਜੀ, ਵੇਖੋ ਹਰਿਆਣੇ ਦਾ ਨਾਗਰਿਕ ਹੈ ਔਰ ਹਰਿਆਣਾ ਹੀ ਪੁਲਿਸ ਜਿਹੜੀ ਆ ਉਹ 12 ਬੋਰ ਦੀਆਂ ਗੋਲੀਆਂ ਇਹਨਾਂ ਦੇ ਉੱਤੇ ਚਲਾ ਰਹੀ ਹੈ। ਆਹ ਵੇਖੋ ਤੁਸੀਂ ਸਾਰੇ ਨਿਸ਼ਾਨੇ ਤੇ ਅੱਖ ਦੇ ਵਿੱਚ ਪੇਟ ਤੇ ਛਾਤੀ ਤੇ ਵੀ ਨਹੀਂ ਆਉਂਦੇ 15 ਛਰੇ। ਆਹ ਵੇਖੋ ਆਹ ਸਾਰੇ ਜਿਹੜੇ ਨੇ ਪੇਟ ਦੇ ਉੱਤੇ, ਆਹ ਧੌਣ ਦੇ ਉੱਤੇ, ਆਹ 12 ਬੋਰ ਦੇ ਸਾਰੇ 12 ਬੋਰ ਦੇ ਛਰੇ ਨੇ ਆਹ ਜਿਹੜੇ ਨੇ ਆਹ ਲੱਗੇ ਨੇ। ਆਹ ਦੇਖੋ ਆਹ ਪੁੱਤ ਹੱਥ ਇੱਧਰ ਕਰ, ਇਹ ਆਹ ਜਿਹੜਾ ਆਹ ਜਿਹੜਾ ਸਾਰੇ ਸਾਰੇ 12 ਬੋਰ ਦੇ ਆਹ ਇੱਥੇ ਹੱਥ ਤੇ ਵੀ ਠੀਕ ਹੈ। ਆਹ ਟੀ ਸ਼ਰਟ ਇਹ ਜਗਬੀਰ ਜੋ ਕਿ ਹਿਸਾਰ ਜ਼ਿਲ੍ਹੇ ਦਾ ਹਰਿਆਣੇ ਦਾ ਕਿਸਾਨ ਹੈ, ਇਹਦੀ ਆਹ ਉਹਦੀ ਟੀ ਸ਼ਰਟ ਹੈ ਜਿਹੜੀ ਕਿ ਹਰਿਆਣਾ ਪੁਲਿਸ ਦੇ ਗੁੰਡਿਆਂ ਵੱਲੋਂ ਵਿੱਚ ਆਰ ਐਸ ਐਸ ਦੇ ਵਰਕਰ ਜਿਹੜੇ ਨੇ ਉਹ ਵੀ ਘੁਸਪੈਠ ਕਰਕੇ ਤੇ ਇਹਨਾਂ ਨੇ ਜਿਹੜੇ ਪੰਜਾਬ ਦੇ ਏਰੀਏ ਦੇ ਵਿੱਚ ਸਾਡੇ ਏਰੀਏ 'ਚ ਆ ਕੇ ਗੋਲੀਆਂ ਚੱਲੀਆਂ ਨੇ ਪੰਜਾਬ 'ਚ ਹਰਿਆਣਾ ਪੁਲਿਸ ਵੱਲੋਂ ਤੇ ਆਰ ਐਸ ਐਸ ਦੇ ਗੁੰਡਿਆਂ ਵੱਲੋਂ 12 ਬੋਰ ਦੀਆਂ ਜਿਹੜੀਆਂ ਗੋਲੀਆਂ ਚਲਾਈਆਂ। ਇਹ ਜਗਬੀਰ ਦੀ ਮੁੰਡੇ ਦੇ ਸਿਰ 'ਚ ਸੀ ਸੱਟ ਕੱਲ੍ਹ, ਜਿਹਦੇ ਸਿਰ ਦੇ ਵਿੱਚੋਂ ਫੈਰ ਖਾ ਕੇ ਲੈਣ ਗਿਆ ਸੀ ਵੱਡਾ ਸਿਮਰਨ, ਜਿਹਦੇ ਕਿ ਇਹਦੇ ਵੀ ਸਿਰ ਦੇ ਵਿੱਚ ਜਿਹੜੀ ਆ ਉਹ ਗੋਲੀ ਲੱਗੀ ਹੈ। ਇਹ ਵੱਖਰੀ ਗੱਲ ਹੈ ਕਿ ਵਾਲੀਆ, ਪਰ ਇਹ ਵੀ ਅਜੇ ਡਾਕਟਰਾਂ ਦੇ ਮੁਤਾਬਕ ਜਿਹੜਾ ਉਹਨਾਂ ਨੇ ਹੁਣ ਸਿਟੀ ਸਕੈਨ ਕੀਤੀ ਆ, ਜਿਹੜੇ ਐਕਸਪਰਟ ਡਾਕਟਰ ਨੇ ਉਹ ਆਉਣਗੇ, ਅਸਲ ਰਿਪੋਰਟ ਉਹ ਬਾਅਦ 'ਚ ਦੇਣਗੇ, ਲੇਕਿਨ ਅਜੇ ਜਿਹੜਾ ਇਹ ਲੜਕਾ ਇਹਦੇ ਵੀ ਸਿਰ ਦੇ ਵਿੱਚ ਜਿਹੜੀ ਗੋਲੀ ਆ ਉਹ ਮਾਰੀ ਗਈ ਆ। ਸੁਣੀ ਦੇਖੋ ਹਰਿਆਣਾ ਪੁਲਿਸ ਡੀ ਵੀ ਕਹਿੰਦਾ ਹੈ ਕਿ ਪੰਜਾਬ ਵੱਲੋਂ ਜਦੋਂ ਪਰਾਲੀ ਨੂੰ ਅੱਗ ਲਾਈ ਗਈ ਆ ਤੇ ਉਸ ਟਾਈਮ ਤੇ ਗੋਲੀ ਚੱਲੀਆਂ ਤੇ ਆ 2 ਵਜੇ ਨੂੰ ਫੱਟੜ ਹੋ ਚੁੱਕੇ ਨੇ ਤੇ ਪਰਾਲੀ ਨੂੰ ਅੱਗ ਵੀ ਉਹਨਾਂ ਨੇ ਆਪ ਲਾਈ। ਸੋ ਇਹ ਸਾਡੇ ਬੱਚਿਆਂ ਦੇ ਜਿਹੜਾ ਸਿੱਧੀਆਂ ਗੋਲੀਆਂ ਸਿਰਾਂ ਦੇ ਵਿੱਚ ਜਿਹੜੀਆਂ ਨੇ ਹਰਿਆਣਾ ਪੁਲਿਸ ਦੇ ਗੁੰਡਿਆਂ ਵੱਲੋਂ ਮਾਰੀਆਂ ਗਈਆਂ ਨੇ ਤੇ ਸਟੇਟਮੈਂਟਾਂ ਕੀ ਰਹੇ ਨੇ ਪ੍ਰੈਸ ਦੇ ਸਾਹਮਣੇ ਕੀ ਕਰ ਰਹੇ ਨੇ ਪ੍ਰੈਸ ਤੇ, ਫਿਰ ਸਾਡੇ ਜਿਹੜੇ ਮੈਡੀਕਲ ਕੈਂਪ ਨੇ
ਉਹਨਾਂ ਨੂੰ ਵੀ ਉੱਥੇ ਉਹਨਾਂ ਤੋਂ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ। ਇਹ ਹੈ ਹਰਿਆਣਾ ਪੁਲਿਸ ਦੀ ਬੁਲਾ ਰਹੀ ਹਾਂ ਵੇਖੋ ਇਹ ਹੈ ਜਿਹੜੀ ਕਦੇ ਆ ਡੋਰ ਪਾਈ ਹੋਈ ਹੈ ਅਤੇ ਇਹ ਕਹਿੰਦੇ ਆ ਰਬੜ ਦੀਆਂ ਗੋਲੀਆਂ, ਆਹ ਰਬੜ ਦੀਆਂ ਗੋਲੀਆਂ ਨਾਲ ਆਹ ਹਾਲਤ ਹੋਈ ਆ। ਆਹ ਜਿਹੜਾ ਸਰੀਰ ਛਾਣੀ ਛਾਣੀ ਕਰ ਦਿੱਤੇ ਨੇ ਸਿਰਾਂ ਦੇ ਜਿਹੜੇ ਨੇ, ਇਹ ਕੀ ਹਾਲਤ ਕੀ ਆ ਸਾਡੇ ਕਿਸਾਨਾਂ ਦੀ, ਆਹ ਨੌਜਵਾਨ ਬੱਚਿਆਂ ਦੀ ਜਿੰਨੇ ਵੀ ਨੇ ਸਾਰੇ ਨੌਜਵਾਨ ਨੇ, ਅਤੇ ਇਹਨਾਂ ਨੂੰ ਗੋਲੀਆਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਨੇ ਕਿੱਥੇ ਕਿੱਥੇ ਮਾਰੀਆਂ ਗਈਆਂ ਨੇ, ਸਿੱਧੀਆਂ ਗੋਲੀਆਂ ਮਾਰੀਆਂ ਨੇ ਸਿਰਾਂ ਦੇ ਵਿੱਚ, ਲੱਤਾਂ 'ਤੇ। ਆਹ ਦੱਸਿਓ ਜਰਾ, ਆਹ ਵੇਖੋ ਤੁਸੀਂ, ਆਹ ਜਿਹੜੀਆਂ ਨੇ ਇਹ ਰਬੜ ਦੀਆਂ ਗੋਲੀਆਂ ਨੇ। ਆਹ ਮੋਦੀ ਜੀ ਤੇਰੇ ਗੁੰਡੇ ਕੀ ਕਹਿ ਰਹੇ ਨੇ ਕਿ ਰਬੜ ਦੀਆਂ ਗੋਲੀਆਂ, ਆਹ ਰਬੜ ਦੀਆਂ ਗੋਲੀਆਂ ਨੇ, ਦੱਸ ਦੱਸ ਹੀ ਜਰਾ, ਤੇਰੇ ਤੋਂ ਪੁੱਛਾਂਗੇ ਇੱਕ ਇੱਕ ਜਿਹੜੀ ਗੋਲੀ ਲੱਗੀ ਆ, ਜਿਹੜੇ ਛਰੇ ਲੱਗੇ ਨੇ, ਜਿਹੜਾ ਬੱਚਾ ਇਕਲੌਤਾ ਪੁੱਤਰ ਮਾਂ ਪਿਓ ਦਾ, ਤਿੰਨਾਂ ਭੈਣਾਂ ਦਾ ਇਕਲੌਤਾ ਭਰਾ, ਜਿਹੜੀਆਂ ਉਹਨਾਂ ਦੀਆਂ ਰਿਸ਼ਤੇਦਾਰ ਮਾਰ ਰਹੇ, ਉਹ ਕੀ ਕਰਦੇ ਹੋ, ਕੀ ਕਹਿੰਦੇ ਹੋ? ਸਿੱਧੀਆਂ ਗੋਲੀਆਂ ਮਾਰ ਕੇ ਕਹਿੰਦੇ ਹੋ, ਰਬੜ ਦੀਆਂ ਗੋਲੀਆਂ ਚਲਾਈਆਂ, ਘਬਰਾਉਣਾ ਨੀ ਪੁੱਤ, ਚੱਲ ਬੇਟਾ ਚਾਰ ਮੈਡੀਸਨ ਹਾਂਜੀ ਕਾਹਤੋਂ ਕੀ ਕਾਰਨ? ਅਸੀਂ ਆਪਣੇ ਮਰੀਜ਼ਾਂ ਦੀ ਯਾਰ ਵੀਡੀਓ ਵੀ ਨਹੀਂ ਬਣਾ ਸਕਦੇ, ਆਪਣੇ ਮਰੀਜ਼ਾਂ ਦੀ ਬਣਾਵਾਂਗੇ, ਤੁਹਾਡੇ ਨਹੀਂ ਬਣਾਉਂਦੇ। ਹਾਂ ਬਾਕੀ ਭਲਾ ਕਿੱਥੇ ਨੇ ਕੋਈ ਪਤਾ ਤੁਹਾਨੂੰ? ਆਪ ਐਡਮਿਸ਼ਨ ਡੇਟ ਬਤਾਈਏ, ਕੱਲ ਦੇ ਆਏ ਜੀ, ਕੱਲ ਦੇ ਜਿਹੜੇ ਪਸੰਦ ਆਏ ਜਿਹੜੇ ਕੱਲ ਆਏ, ਉਹ ਲਿਸਟ ਲੈਣਗੇ, ਬਤਾ ਦੇ ਤੇ ਅਸੀਂ ਹੁਣ ਸਾਰਿਆਂ ਦੇ ਨਾਲ ਤੇ ਜਿਹੜੇ ਸਾਡੇ ਤੋਂ ਬਾਅਦ ਹੈ, ਕਿਉਂਕਿ 2 ਵਜੇ ਅਸੀਂ ਇੱਥੋਂ ਗਏ ਹਾਂ, 2 ਵਜੇ ਤੋਂ ਬਾਅਦ ਵੀ ਸਾਰੇ ਪੇਸ਼ੈਂਟਾਂ ਦਾ ਹੁਣ ਪਤਾ ਲੈ ਰਹੇ ਹਾਂ। ਚਲੇ ਗਏ ਕਿੱਥੇ?
ਉਹੀ ਨਾਲ ਹੀ ਸਾਂ ਜੀ ਲੈ ਜਾਂਦੇ ਮੁਲਾਜ਼ਮ ਆਇਆ ਜੀ ਹੁਣ ਮੈਨੂੰ ਕਹਿੰਦਾ ਵੀਡੀਓ ਨਾ ਬਣਾ ਮੈਂ ਕਿਹਾ ਕਿਹੜੀ ਗੱਲੋਂ ਮੈਂ ਉਹਦੇ ਵੱਲ ਨੂੰ ਕੈਮਰਾ ਕਰਤਾ ਮੈਂ ਕਿਹਾ ਵੀ ਹੁਣ ਦੱਸੋ ਕਾਹਤੋਂ ਨਹੀਂ ਬਣਾਉਣੀ ਅਸੀਂ ਆਪਣੇ ਮਰੀਜ਼ਾਂ ਦੀ ਵੀਡੀਓ ਇੱਧਰ ਨੂੰ ਜੀ ਲਾਈਵ ਹੈ ਜੀ ਪ੍ਰਧਾਨ ਸਾਹਿਬ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਵੀ ਪਤਾ ਲੈਣ ਵਾਸਤੇ ਆ ਰਹੇ ਹਾਂ ਬਾਕੀ ਜਗ੍ਹਾ ਕਿਤੇ ਲਏ ਹਾਂ ਅਤੇ ਡੱਲੇਵਾਲ ਸਾਹਿਬ ਦਾ ਹੁਣ ਪਤਾ ਲੈ ਰਿਹਾ ਕਿਉਂਕਿ ਮੈਂ ਰਾਤ ਇੱਥੋਂ 2 ਵਜੇ ਚਲੇ ਗਿਆ ਸੀ ਅਤੇ ਹੁਣ ਇਹਨਾਂ ਦਾ ਪਤਾ ਕਰ ਸੁੱਤ ਕੀਤੀ ਆ ਕਿ ਨਹੀਂ ਡੱਲੇਵਾਲ ਸਾਹਿਬ ਨੇ ਸੁੱਤ ਕੀਤੀ ਕਿ ਨਹੀਂ ਆਵੇ ਸਾਹਮਣੇ ਦੇਖ ਕਿਸ ਤਰ੍ਹਾਂ ਕੀ ਹਾਲ ਆ ਹੁਣ ਠੀਕ ਹੈ ਠੀਕ ਹੈ ਤਕੜੇ ਹੋ ਕੋਈ ਇਹੋ ਜਿਹੀ ਗੱਲ ਨਹੀਂ ਇਹ ਆਪਣਾ ਹੋਣਾ ਹੀ ਹੁੰਦਾ ਨਹੀਂ ਉਹ ਨਹੀਂ ਕੋਈ ਗੱਲ ਜੇ ਲੜਾਈ ਲੜਾਂਗੇ ਨਾ ਫਿਰ ਇਹੋ ਜਿਹੀਆਂ ਗੱਲਾਂ ਉਹਦੇ ਸਾਹਮਣੇ ਕਰਨੀਆਂ ਪੈਣਗੀਆਂ ਇਹ ਕੋਈ ਐਡੀ ਵਾਲੀ ਵੱਡੀ ਗੱਲ ਨਹੀਂ ਹੈ ਸਾਡੇ ਗੁਰੂਆਂ ਨੇ ਇਹੀ ਸਿਖਾਇਆ ਕਿ ਅਸੀਂ ਜਬਰ ਦਾ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ ਹੈ ਇੱਕ ਨਾ ਮੈਨੂੰ ਤਾਂ ਗੱਲ ਚੱਲੇ ਜਾਂਦੀ ਇਹਦਾ ਕੋਈ ਨਹੀਂ ਗੱਲ ਕਰਨੀ ਠੀਕ ਹੈ ਨਾ ਸਾਡੇ ਆਗੂ ਚੱਲੇ ਬੰਦ ਕਰਦੇ ਯਾਰ ਵੀਡੀਓ ਨੂੰ